ਬਹੁਤ ਸਾਰੇ ਮੈਡਲ ਜਿੱਤ ਕੇ ਆਏ ਆਪਣੇ ਹਿੰਦੁਸਤਾਨੀ ਪੰਜਾਬੀ ਮੁੰਡੇ ਵੀ, ਆਪਣੀ ਹਾਕੀ ਦੀ ਟੀਮ ਵੀ ਬਹੁਤ ਵਧੀਆ ਰਹੀ ਆ, ਅਤੇ ਇਹ ਸਾਰਿਆਂ ਨੂੰ ਪ੍ਰਮੋਟ ਕਰਨ ਦਾ ਫਰਜ਼ ਬਣਦਾ, ਹਰ ਕਲਾਕਾਰ ਦਾ ਫਰਜ਼ ਬਣਦਾ ਕਿ ਇੱਦਾਂ ਦੇ ਗੀਤਾਂ ਨੂੰ ਪ੍ਰਮੋਟ ਕਰੀਏ, ਖੇਡਾਂ ਨੂੰ ਪ੍ਰਮੋਟ ਕਰੀਏ, ਤਾਂ ਕਿ ਨਸ਼ਿਆਂ ਵਾਲਾ ਜਿਹੜਾ ਕੋਹੜ ਆ ਉਹ ਤੋਂ ਬਚਿਆ ਜਾ ਸਕੇ, ਅਤੇ ਉਹਦੇ ਮੈਂ ਬੋਲ ਦੋ ਤੁਹਾਡੇ ਨਾਲ ਸਾਂਝੇ ਕਰਦਾ। ਉਹ ਜਿਉਂਦੇ ਰਹਿਣ ਪੁੱਤ ਤੀਆਂ ਘੋਰ ਕਮਾਈਆਂ ਕਰਦੇ ਨੇ, ਗੰਢ ਕੇ ਰੱਖਦੇ ਤਨ ਮਨ ਸੇਵਾ ਦੇਸ਼ ਦੀ ਕਰਦੇ, ਬਹੁਤ ਸਾਰੀ ਸਟਰਗਲ ਕਰਨ ਦੇ ਨਾਲ ਉਹਨਾਂ ਨੇ ਆਪਣਾ ਨਾਮ ਬਣਾਇਆ, ਬਹੁਤ ਸਾਰੀ ਮਿਹਨਤ ਕਰਨ ਦੇ ਨਾਲ ਉਹਨਾਂ ਨੇ ਦੁਨੀਆਂ ਦੇ ਅੱਗੇ ਇੱਕ ਆਪਣਾ ਨਾਮਣਾ ਖੱਟਿਆ ਤੇ ਔਰ ਮਨਾ ਮੋਹੀ ਪਿਆਰ ਕੀਤਾ। ਜੇ ਗੱਲ ਕਰੀਏ ਉਹਨਾਂ ਦੀ ਪੰਜਾਬੀ ਸਿੰਗਿੰਗ ਦੀ, ਪੰਜਾਬੀ ਗਾਇਕੀ ਦੀ, ਤੇ ਉਹਨਾਂ ਨੇ ਇਹੋ ਇਹੋ ਜਿਹੇ ਗੀਤ ਗਾਏ ਨੇ ਜੋ ਖੇਡਾਂ ਨੂੰ ਪ੍ਰਮੋਟ ਕਰਦੇ ਨੇ, ਓਲੰਪਿਕ ਨੂੰ ਪ੍ਰਮੋਟ ਕਰਦੇ ਨੇ, ਤੇ ਸਾਡੇ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਦੇ ਨੇ। ਆਓ ਕਰਦੇ ਹਾਂ ਮੁਲਾਕਾਤ ਪੰਜਾਬੀ ਫੋਕ ਕਲਾਕਾਰ ਗੁਰਮੀਤ ਮੀਤ ਜੀ ਨਾਲ। ਬਹੁਤ ਬਹੁਤ ਸਵਾਗਤ ਗੁਰਮੀਤ ਮੀਤ ਜੀ। ਬਹੁਤ ਬਹੁਤ ਧੰਨਵਾਦ ਜੀ। ਸੇਨ ਸੋਲਜਰ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਮੀਤ ਮੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਕੋਮਲ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਜੀ ਆਇਆਂ ਨੂੰ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਅੱਜ ਬੜੇ ਕਾਲ ਕਰਨ ਦੇ ਨਾਲ ਤੁਸੀਂ ਸਾਨੂੰ ਟਾਈਮ ਦਿੱਤਾ, ਕਿਉਂਕਿ ਆਈ ਨੋ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋ, ਤੇ ਤੁਹਾਡਾ ਟਾਈਮ ਦੇਣ ਲਈ ਸਾਨੂੰ ਬਹੁਤ ਬਹੁਤ ਧੰਨਵਾਦ। ਤੇ ਅੱਜ ਗੱਲ ਕਰਾਂਗੇ ਤੁਹਾਡੀ ਗਾਇਕੀ ਦੀ, ਤੁਹਾਡੀ ਸਿੰਗਿੰਗ ਦੀ। ਬੜੀ ਦਮਦਾਰ ਆਵਾਜ਼ ਨਾਲ ਤੁਸੀਂ ਇਸ ਸਟੇਜ 'ਤੇ ਉਤਰਦੇ ਹੋ, ਤੇ ਮਨਾ ਮੋਹੀ ਪਿਆਰ ਵੀ ਮਿਲਦਾ ਲੋਕਾਂ ਦਾ। ਬਿਲਕੁਲ ਬਿਲਕੁਲ, ਇਹ ਵੱਡੇ ਆਸ਼ੀਰਵਾਦ ਜੀ, ਬਾਪੂ ਦੇਵ ਤਰੀਕਿਆਂ ਵਾਲਾ ਜੀ ਦਾ, ਕੁਲਦੀਪ ਮਾਨ ਸਾਹਿਬ ਜੀ ਦਾ, ਸੁਖਵਿੰਦਰ ਪੰਛੀ ਸਾਹਿਬ ਦਾ, ਅਤੇ ਮੇਰੇ ਸਾਰੇ ਚਾਹੁਣ ਵਾਲਿਆਂ ਦਾ, ਤੁਹਾਡੇ ਵਰਗੇ ਭੈਣ ਭਰਾਵਾਂ ਦਾ ਪਿਆਰ ਆਸ਼ੀਰਵਾਦ। ਬਾਕੀ ਰਿਆਜ਼, ਮਿਹਨਤ, ਐਕਸਰਸਾਈਜ਼ ਬਰਾਬਰ ਚੱਲਦੀ ਆ, ਉਹਦੀ ਵਜ੍ਹਾ ਦੇ ਨਾਲ ਜਿਹੜੀ ਫੋਕ ਆਵਾਜ਼ ਉਹ ਤੁਹਾਨੂੰ ਸਾਰਿਆਂ ਨੂੰ ਸੁਣਨ ਨੂੰ ਮਿਲਦੀ ਆ। ਬਿਲਕੁਲ ਜੀ, ਬਿਲਕੁਲ ਜੀ। ਅੱਜ ਵਾਕਈ ਤੁਹਾਨੂੰ ਲੱਗੇਗਾ ਕਿ ਜੋ ਇਨਸਾਨ ਰਿਆਜ਼ ਕਰਦਾ ਹੈ ਉਹਦੇ ਗਲੇ ਦਾ ਕਿੰਨਾ ਜਿਹੜਾ ਦਾਇਰਾ ਹੁੰਦਾ ਹੈ। ਰਿਆਜ਼ ਕਰਨ ਦੇ ਨਾਲ ਤੁਸੀਂ ਆਪਣੀ ਗਾਇਕੀ ਨੂੰ ਸਿਖਰਾਂ ਤੱਕ ਲੈ ਕੇ ਜਾਂਦੇ ਹੋ। ਜੋ ਸਟੇਜ 'ਤੇ ਗਾਉਣਾ ਪੈਂਦਾ ਹੈ ਪਤਾ ਉਦੋਂ ਲੱਗਦਾ ਹੈ ਕਿ ਵਾਕਈ ਹੀ ਰਿਆਜ਼ ਕੀਤਾ ਹੈ। ਸੋ ਰਿਆਜ਼ ਬਹੁਤ ਜ਼ਿਆਦਾ ਹੈ, ਪਹਿਲੀ ਹੇਕ ਦੇ ਨਾਲ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਆਵਾਜ਼ ਦਾ ਕਿੰਨਾ ਕੁ ਮਿਆਰ ਹੈ। ਅਤੇ ਉਹ ਸਭ ਤੋਂ ਪਹਿਲਾਂ ਕੋਈ ਗੀਤ ਸੁਣ ਲਿਆ ਤੁਹਾਡਾ ਆਪਣੀ ਮਰਜ਼ੀ ਦਾ। ਬਿਲਕੁਲ, ਓਲੰਪਿਕ ਗੀਤ ਜਿਹੜਾ ਬਿੰਦਰ ਚਕਰਾਲੀਆ ਜੀ ਦਾ ਲਿਖਿਆ ਹੋਇਆ, ਅਸੀਂ ਯੂ ਐਸ ਏ
ਆਪਣੇ ਤੋਂ ਪ੍ਰੋਡਕਸ਼ਨ ਤੋਂ ਪੇਸ਼ ਕੀਤਾ ਆ। ਹਰਵਿੰਦਰ ਕਾਲੋਂ ਜੀ ਵੀ ਪਿਆਰ ਨਾਲ ਉਹਨਾਂ ਨੂੰ ਕਹਿੰਦੇ ਹਾਂ, ਬਹੁਤ ਹੀ ਮਿਲਾਪੜੇ ਇਨਸਾਨ ਆ, ਬਹੁਤ ਹੀ ਮਿਹਨਤੀ ਇਨਸਾਨ ਆ, ਅਤੇ ਓਲੰਪਿਕ ਗੀਤ ਹੁਣੇ ਹੁਣੇ ਆਪਣੇ ਬਹੁਤ ਸਾਰੇ ਮੈਡਲ ਜਿੱਤ ਕੇ ਆਏ ਆ, ਆਪਣੇ ਹਿੰਦੁਸਤਾਨੀ ਪੰਜਾਬੀ ਮੁੰਡੇ ਵੀ, ਆਪਣੀ ਹਾਕੀ ਦੀ ਟੀਮ ਵੀ ਬਹੁਤ ਵਧੀਆ ਰਹੀ ਆ, ਅਤੇ ਇਹ ਸਾਰਿਆਂ ਨੂੰ ਪ੍ਰਮੋਟ ਕਰਨ ਦਾ ਫਰਜ਼ ਬਣਦਾ, ਹਰ ਕਲਾਕਾਰ ਦਾ ਫਰਜ਼ ਬਣਦਾ ਕਿ ਇੱਦਾਂ ਦੇ ਗੀਤਾਂ ਨੂੰ ਪ੍ਰਮੋਟ ਕਰੀਏ, ਖੇਡਾਂ ਨੂੰ ਪ੍ਰਮੋਟ ਕਰੀਏ, ਤਾਂ ਕਿ ਨਸ਼ਿਆਂ ਵਾਲਾ ਜਿਹੜਾ ਕੋਹੜ ਆ ਉਹ ਤੋਂ ਬਚਿਆ ਜਾ ਸਕੇ। ਅਤੇ ਉਹਦੇ ਹੀ ਮੈਂ ਬੋਲ ਦੋ ਤੁਹਾਡੇ ਨਾਲ ਸਾਂਝੇ ਕਰਦਾ ਓਲੰਪਿਕ ਗੀਤ। ਮੈਂ ਸੇਨ ਸੋਲਜਰ ਦੇ ਦਰਸ਼ਕਾਂ ਨੂੰ ਵੀ ਬੇਨਤੀ ਕਰਦਾ ਵੀ ਸੇਨ ਸੋਲਜਰ ਵਾਲੇ ਜਿੰਨੇ ਵੀ ਦਰਸ਼ਕ ਆ ਓਲੰਪਿਕ ਗੀਤ ਨੂੰ ਨਾਲ ਗੁਰਮੀਤ ਮੀਤ ਭਰ ਕੇ ਜ਼ਰੂਰ ਸੁਣ। ਸੋ ਮੈਂ ਸੁਣਾ ਲਿਆ ਜੀ। ਬੋਲ ਬੜੇ ਅੱਛੇ ਨੇ, ਸੋ ਖੇਡਾਂ ਨੂੰ ਪ੍ਰਮੋਟ ਕਰਦੇ ਨੇ, ਅਤੇ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਖੇਡਾਂ ਵੈਸੇ ਵੀ ਬੱਚੇ ਬਹੁਤ ਜ਼ਿਆਦਾ ਖੇਡਾਂ ਵੱਲ ਜਾ ਰਹੇ ਨੇ, ਉਹਨਾਂ ਦਾ ਰੁਝਾਨ ਵੀ ਹੋ ਰਿਹਾ, ਔਰ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਬੰਦਾ ਕੀ ਕਰਦਾ ਹੈ ਇਸ ਦੇ ਬਾਰੇ ਵੀ ਸੁਣਾਂਗੇ ਜੀ। ਪ੍ਰਮੋਟ ਕਰਨ ਲਈ ਸਭ ਤੋਂ ਪਹਿਲਾਂ ਜੇ ਗਾਇਕੀ ਦੀ ਗੱਲ ਕਰਦੇ ਹਾਂ ਤਾਂ ਗਾਇਕੀ ਦੇ ਵਿੱਚ ਤਾਂ ਪਹਿਲੇ ਨੰਬਰ ਦੇ ਉੱਤੇ ਤੁਹਾਡੇ ਕੋਲ ਜਿਹੜੇ ਬੋਲ ਚਾਹੀਦੇ, ਗੀਤ ਚਾਹੀਦੇ ਜਿਹੜੇ ਤੁਸੀਂ ਗਾਉਣੇ ਆ, ਉਸ ਤੋਂ ਬਾਅਦ ਉਹਦਾ ਮਿਊਜ਼ਿਕ ਚਾਹੀਦਾ, ਉਸ ਤੋਂ ਬਾਅਦ ਉਹਦਾ ਵੀਡੀਓ ਚਾਹੀਦਾ, ਉਸ ਤੋਂ ਬਾਅਦ ਫਿਰ ਉਹਦਾ ਨੈੱਟਵਰਕ ਜਿਹੜਾ ਲੋਕਾਂ ਤੱਕ ਪਹੁੰਚਾਵੇ, ਅਤੇ ਉਹ ਚੀਜ਼ ਚਾਹੀਦੀ ਆ। ਅਤੇ ਪ੍ਰਮੋਟ ਕਰਨ ਲਈ ਐਡ ਕਰਨੀ ਬਹੁਤ ਜ਼ਰੂਰੀ ਆ, ਐਡ ਵੀ ਕਰਦੇ ਹਾਂ ਸਾਰੇ ਪਾਸੇ, ਚੰਗੇ ਗੀਤਾਂ ਨੂੰ ਪੇਸ਼ ਕਰਦੇ ਰਹਿੰਦੇ ਹਾਂ, ਸਟੇਜਾਂ ਦੇ ਉੱਤੇ ਕਰਦੇ ਹਾਂ, ਫਿਰ ਆਪਣੇ ਰੇਡੀਓ 'ਤੇ, ਟੈਲੀਵਿਜ਼ਨ 'ਤੇ, ਜਿੱਥੇ ਜਿੱਥੇ ਸੋਸ਼ਲ ਮੀਡੀਆ, ਜਿਵੇਂ ਕਿ ਮੇਰੀ ਆਈਡੀ ਹੈਗੀ ਫੇਸਬੁੱਕ ਦੀ ਗੁਰਮੀਤ ਮੀਤ ਫੋਕ ਸਿੰਗਰ, ਉਹਦੇ ਉੱਤੇ ਵੀ ਅਸੀਂ ਆਪਣੇ ਲਿੰਕ ਸ਼ੇਅਰ ਕਰਦੇ ਰਹਿੰਦੇ। ਪ੍ਰਮੋਟ ਕਰਨ ਲਈ ਬਹੁਤ ਕੁਛ ਕਰਨਾ ਪੈਂਦਾ ਹੈ, ਖਾਸ ਕਰਕੇ ਲੋਕ ਗੀਤਾਂ ਨੂੰ। ਬਿਲਕੁਲ, ਇਹ ਗੱਲ ਮੈਂ ਇਸੇ ਲਈ ਕੀਤੀ ਸੀ ਕਿ ਚੰਗਾ ਸਿੰਗਰ ਹਮੇਸ਼ਾ ਆਪਣੇ ਘਰ ਵਿੱਚ ਬੈਠ ਜਾਂਦਾ ਹੈ, ਲੇਕਿਨ ਜੋ ਰੀਲ ਦੇ ਉੱਤੇ ਸਟਾਰ ਕਲਾਕਾਰ ਨੇ ਉਹ ਆਪਣੇ ਆਪ ਨੂੰ ਇੰਨਾ ਜ਼ਿਆਦਾ ਹਾਈਪ 'ਤੇ ਲੈ ਜਾਂਦੇ ਨੇ ਅਤੇ ਪੂਰੀ ਦੁਨੀਆ ਉਹਨਾਂ ਨੂੰ ਵਾਚ ਕਰਦੀ ਹੈ। ਵਾਚ ਕਰਿਆ ਕਰੋ ਉਹਨਾਂ ਨੂੰ ਜਿਨ੍ਹਾਂ ਨੇ ਵਾਕਈ ਮਿਹਨਤਾਂ ਕੀਤੀਆਂ। ਬਹੁਤ ਵਧੀਆ ਗੱਲ ਕੀਤੀ, ਜਿੱਦਾਂ ਲਾਸਟ ਪਹਿਰਾ ਸੀਗਾ, ਚੰਗੇ ਪਾਸੇ ਲਾਈਏ ਚੌਣੇ ਵਗ ਵੀ ਭੇਡਾਂ ਦੇ, ਅਸਲ ਵਿੱਚ ਉਹਨੇ ਕਿਹਾ ਵਾ ਵੀ ਛੱਡੋ ਨਚਾਰ ਬਣਾਉਣੇ ਪੁੱਤ ਮੈਦਾਨ ਉਤਾਰੀ ਦਾ, ਵੀ ਤੁਸੀਂ ਇੱਕ ਟ੍ਰੈਂਡ ਜਿਹਾ ਚੱਲਿਆ, ਹਰ ਬੰਦਾ ਸ਼ੋਰਟ ਕੱਪੜੇ ਪਾ ਕੇ ਨੱਚੀ ਜਾਂਦਾ ਨੱਚੀ ਜਾਂਦਾ। ਮੈਂ ਮੰਨਦਾ ਆਪਣਾ ਕਲਚਰ ਵਿੱਚ ਗਿੱਧਾ ਭੰਗੜਾ ਹੈਗਾ, ਪਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਬਿਲਕੁਲ ਹੀ ਇੱਕ ਪਾਸੇ ਹੋਰ ਹੀ ਪਾਸੇ ਚਲੇ ਜਾਓ, ਤੁਸੀਂ ਆਪਣੇ ਕਲਚਰ ਨੂੰ ਛੱਡ ਕੇ ਵੈਸਟਰਨ ਕਲਚਰ ਨੂੰ ਫੜ ਕੇ ਸ਼ੋਰਟ ਕੱਪੜੇ ਪਾ ਕੇ ਵਿਊਜ਼ ਵਾਸਤੇ ਉੱਦਾਂ ਹੀ ਲੋਕ ਨੱਚੀ ਜਾਂਦੇ ਆ, ਮਤਲਬ ਉਹ ਚੀਜ਼ਾਂ ਤੋਂ ਦੂਰ ਰਹਿਣ ਦੀ ਲੋੜ ਹੈ। ਖੇਡਾਂ ਵਾਲੇ ਪਾਸੇ ਲਾਓ, ਪਾਠ ਵਾਲੇ ਪਾਸੇ ਲਾਓ, ਕਿਸੇ ਚੰਗੀ ਗਾਇਕੀ ਵਾਲੇ ਪਾਸੇ ਲਾਓ, ਕੋਈ ਚੰਗੇ ਲਿਖਣਾ ਸਿੱਖੋ, ਪਾਠੀ ਬਣ ਸਕਦੇ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਆ। ਖੇਤੀਬਾੜੀ ਕਿੰਨਾ ਵਧੀਆ ਕਿੱਤਾ ਆ, ਖੇਤੀਬਾੜੀ ਨਾਲ ਜੁੜਿਆ ਜਾ ਸਕਦਾ ਆ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕੀਤੀ ਸੀ, ਅਤੇ ਬੜਾ ਵੱਡਾ ਸੁਨੇਹਾ ਦਿੱਤਾ ਸੀ ਉਹਨਾਂ ਨੇ ਕਿਰਤ ਕਰਨ ਦਾ, ਮਿਹਨਤ ਕਰਨ ਦਾ। ਸੋ ਪੰਜਾਂ ਨੌਵਾਂ ਦੀ ਕਿਰਤ ਕਰੋ ਅਤੇ ਕਿਰਤ ਕਮਾਈ ਖਾਓ ਅਤੇ ਹਰੇਕ ਨੂੰ ਚੰਗਾ ਸੁਨੇਹਾ ਦਿਓ। ਅੱਜ ਦੇ ਸਮੇਂ ਵਿੱਚ ਛੋਟੇ ਛੋਟੇ ਬੱਚੇ ਆਪਾਂ ਵੀਡੀਓ 'ਤੇ ਲਗਾ ਦਿੱਤੇ ਵਿਊਜ਼ ਲੈਣ ਵਾਸਤੇ, ਇੱਕ ਪੈਸਾ ਕਮਾਉਣ, ਪੈਸਾ ਕਮਾਉਣਾ ਇੱਕ ਬਹੁਤ ਵੱਡੀ ਗੱਲ ਹੈ, ਪਰ ਆਪਣੇ ਬੱਚਿਆਂ ਨੂੰ ਮੈਨੂੰ ਲੱਗਦਾ ਕਿ ਅਸੀਂ ਗਲਤ ਪਾਸੇ ਵੱਲ ਲੈ ਕੇ ਜਾ ਰਹੇ ਹਾਂ। ਕੋਈ ਮਤਲਬ ਟੈਲੈਂਟ ਹੋਣਾ ਚਾਹੀਦਾ ਆ, ਕੋਈ ਕਲਾ ਹੋਣੀ ਚਾਹੀਦੀ ਹੈ, ਜੇ ਨੱਚਣਾ ਵੀ ਉਹਦਾ ਵੀ ਕੋਈ ਰੰਗ ਢੰਗ ਹੋਣਾ
ਹੋਣਾ ਚਾਹੀਦਾ, ਕੋਈ ਤਰੀਕਾ ਹੋਣਾ ਚਾਹੀਦਾ, ਕੋਈ ਕੱਪੜਿਆਂ ਦਾ ਸਲੀਕਾ ਹੋਣਾ ਚਾਹੀਦਾ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਇਕੱਲਾ ਨੱਚ ਲਿਆ। ਪਹਿਲੀ ਗੱਲ ਤਾਂ ਮੈਂ ਦੇਖਿਆ ਕੋ ਬਹੁਤ ਸਾਰਾ ਬਕਵਾਸ ਹੀ ਆਈ ਜਾਂਦਾ, ਉਹਨੂੰ ਲੋਕ ਵੈਰੀ ਨਾਈਸ ਲਿਖੀ ਜਾਂਦੇ, ਕਈ ਐਡੇ ਬੇਸੁਰੇ ਬੇਤਾਲੇ ਮਾਨਕ ਸਾਹਿਬ ਦਾ ਨਾਂ ਲੈ ਕੇ ਗਾਈ ਗੁਈ ਫਿਰਦੇ ਆ, ਉਹਨਾਂ ਨੂੰ ਵੀ ਲੋਕ ਵੈਰੀ ਨਾਈਸ ਲਿਖੀ ਜਾਂਦੇ ਸ਼ਾਬਾਸ਼। ਨਾ ਉਹਨਾਂ ਨੇ ਉਹਦੀ ਲੈ ਰਹਿਣ ਦਿੱਤੀ, ਨਾ ਉਹਦਾ ਉਹਨਾਂ ਨੇ ਸੁਰ ਰਹਿਣ ਦਿੱਤਾ, ਨਾ ਉਹਦਾ ਉਹਨਾਂ ਕੋਲ ਤਾਲ ਰਹਿਣ ਦਿੱਤਾ, ਕੱਟੇ ਵਾਂਗ ਉਡੰਗੀ ਜਾਂਦੇ ਆ ਮੈਂ ਹਿਸਾਬ ਲਾਇਆ। ਅਤੇ ਉਹਦੇ ਵੀ ਲੋਕ ਵੈਰੀ ਨਾਈਸ ਲਿਖੀ ਜਾਂਦੇ ਆ, ਮੈਨੂੰ ਨਹੀਂ ਸਮਝ ਆਉਂਦੀ ਵੀ ਮੈਨੂੰ ਲੱਗਦਾ ਵੀ ਦਰਸ਼ਕਾਂ ਦਾ ਜਿਹੜਾ ਮੂਡ। ਅੱਛਾ ਮੈਂ ਵੀ ਹੁਣ ਥੋੜ੍ਹਾ ਇੱਕ ਤੁਹਾਨੂੰ ਦੱਸ ਦਿੰਦਾ, ਮੈਂ ਕੁਛ ਟ੍ਰੈਂਡਿੰਗ ਗੀਤ ਸੁਖਵਿੰਦਰ ਬੋਦਲਾਂ ਵਾਲਾ ਜੀ ਦੇ ਲਿਖੇ ਹੋਏ ਅਤੇ ਰਣਜੀਤ ਸਿੰਘ ਰਾਣਾ ਯੂ ਕੇ ਸਮੈਦਕ ਵਾਲਿਆਂ ਦੇ ਲਿਖੇ ਹੋਏ, ਜਸਵਿੰਦਰ ਸਿੰਘ ਜੀ ਯੂ ਐੱਸ ਏ ਸਾਡੇ ਬਿੱਲਾ ਜੀ ਢੇਸੀਆਂ ਤੋਂ ਪਿੱਛਿਓਂ, ਉਹਨਾਂ ਦਾ ਇੱਕ ਲਿਖਿਆ ਹੋਇਆ ਨੱਚਣ ਵਾਲਾ ਗੀਤ ਬਹੁਤ ਜਲਦੀ ਲੈ ਕੇ ਆ ਰਿਹਾ। ਹੋਰ ਵੀ ਟ੍ਰੈਂਡਿੰਗ ਗੀਤ ਬਿੰਦਰ ਨਵਾਂ ਪਿੰਡੀਆ ਜੀ ਬਹੁਤ ਅੱਛੇ ਲਿਖਾਰੀ ਆ ਅਤੇ ਉਹਨਾਂ ਦਾ ਲਿਖਿਓ, ਜਰਮਨ 'ਚ ਰਹਿੰਦੇ ਆ, ਉਹਨਾਂ ਦਾ ਲਿਖਿਆ ਹੋਇਆ ਵੀ ਇੱਕ ਟ੍ਰੈਂਡਿੰਗ ਗੀਤ ਜੱਟ ਦੇ ਲਲਕਾਰੇ। ਥੋੜ੍ਹਾ ਜਿਹਾ ਮੈਂ ਵੀ ਮਾਹੌਲ ਨੂੰ ਫੋਲੋ ਕਰ ਰਿਹਾ, ਬਟ ਇਹ ਨਹੀਂ ਹੈਗਾ ਕਿ ਬਿਲਕੁਲ ਮੈਂ ਇੱਕ ਪਾਸੇ ਬਿਲਕੁਲ ਗਾਂਧੀ ਪਾਉਣ ਲੱਗ ਪਊਂਗਾ, ਇੱਕ ਦਾਇਰੇ 'ਚ ਰਹਿ ਕੇ ਇੱਕ ਤਰੀਕੇ 'ਤੇ ਮੇਰੇ ਘੱਟੋ ਘੱਟ 7 ਗੀਤ ਸਿੰਸੇਨ ਡੀਜੇ ਆਪਣੇ ਯੂਕੇ ਦੇ ਵਿੱਚ ਉਹ ਤਿਆਰ ਕਰ ਰਹੇ ਆ। ਬਾਪੂ ਜੀ ਦਾ ਲਿਖਿਆ ਵੀ ਉਹਦੇ ਵਿੱਚ ਇੱਕ ਹੈ, ਮੁੰਨੀ ਬਾਈ ਵੀ ਅਸੀਂ ਉਹਦੇ ਵਿੱਚ ਕਰ ਰਹੇ ਹਾਂ, ਪਰ ਟ੍ਰੈਂਡਿੰਗ 'ਚ ਅਸੀਂ ਵੀ ਆ ਰਹੇ ਹਾਂ ਕਿਉਂਕਿ ਥੋੜ੍ਹਾ ਜਿਹਾ ਮੈਨੂੰ ਲੱਗਦਾ ਜ਼ਮਾਨੇ ਦੇ ਨਾਲ ਨਾਲ ਬਦਲ, ਲੋਕ ਥਾਵਾਂ ਨਹੀਂ ਮੈਂ ਛੱਡ ਸਕਦਾ, ਇਹ ਤਾਂ ਮੇਰੇ ਹੱਡਾਂ 'ਚ ਰਚੀਆਂ ਹੋਈਆਂ, ਇਹ ਚੀਜ਼ਾਂ ਤਾਂ ਮੇਰੇ ਅੰਦਰ ਵਸੀਆਂ ਹੋਈਆਂ। ਅਤੇ ਮੈਂ ਫੇਸਬੁੱਕ ਤੋਂ ਕਟਵਾਊਂਗਾ ਆਹ ਗੀਤ ਦੇ ਦੋ ਬੋਲ ਸੁਣਾ ਕੇ। ਬਾਦਸ਼ਾਹੀਆਂ ਜਿੱਤ ਜਿੱਤ ਕੇ ਨਵਾਬੀਆਂ, ਦੁਨੀਆਂ 'ਤੇ ਝੰਡੀ ਕੀਤੀ ਹੈ ਪੰਜਾਬੀਆਂ, ਖੇਡ ਕੇ ਕਬੱਡੀ ਇਹ ਮੱਲਾਂ ਮਾਰਦੇ, ਪੁੱਤ ਨਾ ਪੰਜਾਬ ਦੇ ਕਦੇ ਵੀ ਹਾਰਦੇ। ਪੰਜਾਬ ਦੀ ਉਹ ਮਹਾਨ ਕਲਮ ਸਾਡੇ ਦਿਲਾਂ 'ਤੇ, ਸਾਡੇ ਸਰੀਰਾਂ 'ਤੇ, ਸਾਡੇ ਮੱਤਾਂ 'ਤੇ, ਸਾਡੇ ਹਵਾਵਾਂ ਵਿੱਚ ਉਹ ਰਾਜ ਕਰਦੇ ਰਹਿਣਗੇ। ਦੇਵ ਤਰੀਕਿਆਂ ਵਾਲਾ ਜੀ ਦੇ ਲਿਖੇ ਹੋਏ ਬੋਲ ਦੋ ਅੰਤਰੇ, ਇੱਕ ਨਾਲ ਸੁਣਾਊਂਗਾ ਇੱਕ ਦੂਜਾ, ਬਾਕੀ ਵਿੱਚ ਚੋਰ ਵੀ ਬੈਠੇ ਆ ਜਿਹੜੇ ਕੋਈ ਕੱਟ ਵੱਟ ਕਰ ਗਿਆ, ਉਹਦਾ ਨਾਂ ਵੀ ਅੱਗੇ ਵੀ ਹੋਇਆ ਅਰਜਨ ਬੇਲੀ। ਉਹ ਬਾਦਸ਼ਾਹੀਆਂ ਜਿੱਤ ਜਿੱਤ ਕੇ ਨਵਾਬੀਆਂ, ਉਹ ਦੁਨੀਆਂ 'ਤੇ ਝੰਡੀ ਕੀਤੀ ਹੈ ਪੰਜਾਬੀਆਂ। ਬਾਦਸ਼ਾਹੀਆਂ ਜਿੱਤ ਜਿੱਤ ਕੇ ਨਵਾਬੀਆਂ, ਉਹ ਦੁਨੀਆਂ 'ਤੇ ਝੰਡੀ ਕੀਤੀ ਹੈ ਪੰਜਾਬੀਆਂ। ਖੇਡ ਕੇ ਕਬੱਡੀ ਇਹ ਮੱਲਾਂ ਮਾਰਦੇ, ਉਹ ਪੁੱਤ ਨਾ ਪੰਜਾਬ ਦੇ ਕਦੇ ਵੀ ਹਾਰਦੇ, ਉਹ ਪੁੱਤ ਨਾ ਪੰਜਾਬ ਦੇ ਕਦੇ ਵੀ ਹਾਰਦੇ। ਬਿਲਕੁਲ ਸੱਚੀ ਗੱਲ ਹੈ ਜੀ, ਦੇਵ ਤਰੀਕਿਆਂ ਵਾਲੇ ਦੀ ਜਿੰਨੀ ਕਲਮ ਹੈ ਬਹੁਤ ਅੱਛਾ ਲਿਖਿਆ ਹੈ, ਔਰ ਸਾਰੇ ਕਲਾਕਾਰਾਂ ਨੇ ਉਹਨੂੰ ਸਲਾਹਿਆ ਹੈ, ਪਿਆਰ ਦਿੱਤਾ ਹੈ, ਅਤੇ ਤੁਸੀਂ ਮਣਾ ਮੂੰਹੀ ਪਿਆਰ ਕੀਤਾ ਹੈ। ਸੋ ਦੇਵ ਤਰੀਕਿਆਂ ਵਾਲੇ ਦੀ ਕਲਮ ਨੂੰ ਅਸੀਂ ਸਲਾਮ ਕਰਦੇ ਹਾਂ। ਸੋ ਗੱਲਬਾਤ ਕਰਦੇ ਹਾਂ ਜੀ, ਦੇਵ ਤਰੀਕਿਆਂ ਵਾਲੇ ਨਾਲ ਤੁਹਾਡੀ ਮੁਲਾਕਾਤ ਕਿੱਦਾਂ ਹੋਈ? ਦੇਵ ਸਾਹਿਬ ਮੈਨੂੰ ਸੌਖੇ ਨਹੀਂ ਮਿਲੇ, ਤਾਂ ਗੁਰਧਿਆਨ ਸਿੰਘ ਖਰੌੜ ਸਾਹਿਬ ਪਟਿਆਲਾ ਉਹਨਾਂ ਦਾ ਭਲਾ ਹੋਵੇ, ਜਿਨ੍ਹਾਂ ਨੇ ਉਹਨਾਂ ਦਾ ਨੰਬਰ ਲੱਭ ਕੇ ਉਹਨਾਂ ਨਾਲ ਗੱਲ ਕਰਕੇ ਮੈਨੂੰ ਲਿਜਾ ਕੇ ਮਿਲਾਇਆ। ਫਿਰ ਦੇਵ ਸਾਹਿਬ ਨੇ ਮੈਨੂੰ ਸੁਣਿਆ, ਪਹਿਲਾਂ ਘਰੇ ਸੁਣਿਆ, ਫਿਰ ਝਾਂਡਿਆਂ ਸਟੂਡੀਓ ਵਿੱਚ ਸੁਣਿਆ, ਫਿਰ ਦੇਵ ਸਾਹਿਬ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ। ਪਹਿਲਾਂ ਤਾਂ ਮੋੜਤਾ ਸੀ ਮੈਨੂੰ, ਇੱਕ ਵਾਰੀ ਤਾਂ ਮੈਨੂੰ ਕਹਿਤਾ ਸੀ, ਕਹਿੰਦੇ ਯਾਰ ਤੂੰ ਇੱਥੇ ਮੈਂ ਹੈ ਨਹੀਂ ਗੀਤ ਮੇਰੇ ਤੋਂ, ਮੈਂ ਤਾਂ ਆਪ ਲੱਭਦਾ ਫਿਰਦਾ, ਹੈ ਨਹੀਂ ਗੀਤ ਮੇਰੇ ਤੋਂ, ਥੋੜ੍ਹੇ ਕਾਹਲੇ ਪੈ ਜਾਂਦੇ ਹੁੰਦੇ ਸੀ, ਕਦੇ ਮੂਡ 'ਤੇ ਡਿਪੈਂਡ ਕਰਦਾ ਸੀ। ਉਸ ਤੋਂ ਬਾਅਦ ਤਾਂ ਜਦੋਂ ਫਿਰ ਮਿਲ ਗਿਆ, ਫਿਰ ਤਾਂ ਫੋਨ ਦੇ ਉੱਤੇ ਗੀਤ ਲਿਖਾ ਦਿੰਦੇ ਸੀ, ਮੈਂ ਗੱਡੀ ਦੇ ਵਿੱਚ ਕਾਪੀ ਪੈੱਨ ਨਾਲ ਰੱਖਣਾ, ਵੀ ਮੈਨੂੰ ਪਤਾ ਨਹੀਂ ਹੁੰਦਾ ਸੀ ਕਿ ਦੇਵ ਸਾਹਿਬ ਦਾ ਕਦੋਂ ਫੋਨ ਆਉਣਾ, ਮੈਂ ਸਾਈਡ 'ਤੇ ਗੱਡੀ ਲਾ ਕੇ ਅਤੇ ਮੈਂ ਲਿਖਣਾ ਸ਼ੁਰੂ ਕਰ ਦੇਣਾ। ਬਹੁਤ ਸਾਰੇ ਗੀਤ, ਬੜੇ ਕਰਮਾਂ ਭਾਗਾਂ ਵਾਲੀ ਗੱਲ ਆ, ਘੱਟੋ ਘੱਟ 35-40 ਗੀਤ ਰਿਕਾਰਡ ਹੋ ਗਏ, ਔਰ ਨਵੇਂ ਗੀਤ ਜਿੱਦਾਂ ਹੁਣ ਕਬੱਡੀ ਵਾਲਾ, ਇਹ ਵੀ ਮੇਰੇ ਕੋਲ ਹਜੇ ਪਿਆ ਆ। ਹੋਰ ਬਹੁਤ ਸਾਰੇ, ਇੱਕ ਭਰਾਵਾਂ ਦੇ ਉੱਤੇ ਭਰਾਵਾਂ ਦੀਆਂ ਬਾਹਾਂ ਹੁੰਦੇ ਆ, ਉਹ ਗੀਤ ਮੇਰੇ ਕੋਲ ਦੇਵ ਸਾਹਿਬ ਦਾ ਪਿਆ ਵਾ। ਮੁੰਨੀ ਬਾਈ ਅਸੀਂ ਦੇਵ ਸਾਹਿਬ ਦਾ ਆਲਰੇਡੀ ਤਿਆਰ ਕਰ ਰਹੇ, ਇੰਗਲੈਂਡ ਵਿੱਚ ਰੈਡੀ ਹੋ ਰਿਹਾ ਗੀਤ ਉਹ, ਅਤੇ ਬਹੁਤ ਸਾਰੀਆਂ ਚੀਜ਼ਾਂ ਦੇਵ ਸਾਹਿਬ ਨੇ ਦਿੱਤੀਆਂ, ਅਤੇ ਉਹਨਾਂ ਦਾ ਆਸ਼ੀਰਵਾਦ ਜਿਹੜਾ ਹਮੇਸ਼ਾ ਬਣਿਆ, ਔਰ
ਮੈਂ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ, ਮੈਂ ਇੱਕ ਗੱਲ ਕਦੇ ਸਾਂਝੀ ਨਹੀਂ ਕੀਤੀ ਉਹਨਾਂ ਦੀ। ਦੇਵ ਸਾਹਿਬ ਪਿਆਲੇ ਦੇ ਸ਼ੌਕੀਨ ਸੀ, ਦੇਵ ਸਾਹਿਬ ਦੀਆਂ ਹਰ ਇੰਟਰਵਿਊ ਵਿੱਚ ਮਾਣਕ ਸਾਹਿਬ ਨਾਲ ਬੈਠਿਆਂ ਦੀਆਂ ਵੀ ਆਈਆਂ। ਉਹਨਾਂ ਨੇ ਹਮੇਸ਼ਾ ਖੁੱਲ੍ਹ ਕੇ ਕਿਹਾ ਵੀ ਹਾਂ ਅਸੀਂ ਫਲਾਣੇ ਮੋੜ 'ਤੇ ਬੈਠੇ ਸੀ, ਅਸੀਂ ਗਲਾਸੀ ਲਾਈ, ਅਸੀਂ ਫਲਾਣੇ ਮੋੜ 'ਤੇ ਬੈਠੇ ਸੀ, ਅਸੀਂ ਬੈਗ ਲਾਇਆ। ਦੇਵ ਸਾਹਿਬ ਕਿਸੇ ਬਾਬੇ ਦੇ ਕੋਲ, ਦੇਵ ਸਾਹਿਬ ਨੂੰ ਕਹਿ ਕੇ ਲੈ ਗਿਆ ਕਿਸੇ ਬਾਬੇ ਕੋਲ ਵੀ ਬਾਪੂ ਬਾਪੂ ਆਪਾਂ ਚੱਲੀਏ ਕਿਤੇ, ਤੁਹਾਡੀ ਸ਼ਰਾਬ ਛਡਾ ਦੇਣੀ ਉੱਥੇ ਲਿਜਾ ਕੇ। ਅਤੇ ਬਾਪੂ ਜੀ ਮਜ਼ਾਕੀਆ ਵੀ ਸੀ, ਉਹ ਤੁਹਾਨੂੰ ਪਤਾ ਪੜ੍ਹੇ ਲਿਖੇ ਸੀਗੇ, ਆਪਣੇ ਪੜ੍ਹਾਉਂਦੇ ਸੀਗੇ, ਅਤੇ ਕਿੰਨੀਆਂ ਕਿਤਾਬਾਂ ਲਿਖੀਆਂ ਉਹਨਾਂ ਨੇ, ਕੋਈ ਉਹਨਾਂ ਤੋਂ ਉੱਤੇ ਕਿਹੜਾ ਲਿਖ ਸਕਦਾ, ਕਿਹੜਾ ਉਹਨਾਂ ਦੀ ਉਹਨਾਂ ਬਾਰੇ ਗੱਲ ਕਰਨ ਲੱਗਿਆ, ਮੈਂ ਖੁਦ ਨਰਵਸ ਹੋਣ ਡਿਆ। ਬਾਪੂ ਜੀ ਨੂੰ ਸ਼ਰਾਬ ਛਡਾਉਣ ਵਾਸਤੇ ਲੈ ਗਏ ਕਿਸੇ ਬਾਬੇ ਦੇ, ਅਤੇ ਜਦੋਂ ਜਾ ਕੇ ਦੇਵ ਸਾਹਿਬ ਨੂੰ ਉੱਥੇ ਲਾਈਨ 'ਚ ਲਾ ਤਾ, ਤਾਂ ਕਹਿੰਦੇ ਯਾਰ ਜਾ ਕੇ ਬਾਬੇ ਨੂੰ ਕਹਿ ਦੇਵ ਆਇਆ ਯਾਰ। ਅਤੇ ਜਦੋਂ ਉਹ ਬਾਬੇ ਮੂਹਰੇ ਪਤਾ ਲੱਗਾ ਵੀ ਯਾਰ ਦੇਵ ਤਰੀਕਿਆਂ ਵਾਲਾ ਮੇਰੇ ਘਰੇ ਆਇਆ, ਤਾਂ ਉਹ ਉੱਠ ਕੇ ਭੱਜਾ ਆਇਆ, ਕਹਿੰਦੇ ਦੇਵ ਸਾਹਿਬ ਤੁਸੀਂ ਕਿਹੜੀ ਲਾਈਨ 'ਚ ਖੜੇ? ਕਹਿੰਦੇ ਯਾਰ ਮੈਨੂੰ ਆਹ ਸ਼ਰਾਬ ਛਡਾਉਣ ਨੂੰ ਲੈ ਕੇ ਆਏ ਆ। ਕਹਿੰਦੇ ਯਾਰ ਅੱਛਾ, ਕਹਿੰਦੇ ਆ ਬਾਬਾ ਜੀ ਆਪਦੀ ਸੀਟ ਛੱਡ ਕੇ, ਕਹਿੰਦੇ ਦੇਵ ਸਾਹਿਬ ਇੱਥੇ ਬੈਠੋ। ਕਹਿੰਦੇ ਨਹੀਂ ਬਾਬਾ ਤੂੰ ਆਪਣੀ ਸੀਟ 'ਤੇ ਬੈਠ, ਮੈਂ ਨਹੀਂ ਬਹਿਣਾ ਇੱਥੇ, ਮੈਂ ਇੱਥੇ ਠੀਕ ਹਾਂ। ਅੱਛਾ ਉਹ ਕਹਿੰਦੇ ਆਏ ਕਿਵੇਂ ਆ? ਕਹਿੰਦੇ ਯਾਰ ਆਹ ਲੈ ਕੇ ਆਇਆ ਨਾਲ ਦੇ ਮੇਰੇ। ਕਹਿੰਦੇ ਕਾਹਤੋਂ ਲੈ ਕੇ ਆਏ? ਕਹਿੰਦੇ ਸ਼ਰਾਬ ਛਡਾਉਣ ਵਾਸਤੇ ਲੈ ਕੇ ਆਏ। ਬਾਬੇ ਨੇ 500 ਰੁਪਇਆ ਕੋਲੋਂ ਦਿੱਤਾ ਦੇਵ ਸਾਹਿਬ ਨੂੰ, ਕਹਿੰਦੇ ਯਾਰ ਅੱਜ ਮੇਰੇ ਨਾਲ ਦੀ ਪੀ ਲਿਓ, ਕਹਿੰਦੇ ਇਹਨਾਂ ਦਾ ਦਿਮਾਗ ਖਰਾਬ ਆ। ਬੜੀਆਂ ਸਾਂਝਾਂ ਉਹਨਾਂ ਦੇ ਨਾਲ, ਬੜੀਆਂ ਯਾਦਾਂ ਜੁੜੀਆਂ ਹੋਈਆਂ ਦੇਵ ਸਾਹਿਬ ਨਾਲ। ਮੈਂ ਜੇ ਗੱਲਾਂ ਕਰਨ ਲੱਗੀਏ ਤਾਂ ਉਹਨਾਂ ਦੀਆਂ ਗੱਲਾਂ ਕਰਦੇ ਮਹੀਨਾ ਲੱਗ ਜਾਣਾ। ਬਿਲਕੁਲ ਜੀ, ਬਿਲਕੁਲ। ਗਾਇਕੀ ਦੇ ਸਮੁੰਦਰ 'ਚ ਤਾਰੀਆਂ ਲਾਉਂਦੇ ਹੋਏ ਇਹਨਾਂ ਨੇ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਵੀਜ਼ਾ ਅਪਲਾਈ ਕੀਤਾ, ਔਰ ਉਹ ਵੀਜ਼ਾ ਬੜਾ ਈਜ਼ੀਲੀ ਇਹਨਾਂ ਨੂੰ ਮਿਲਿਆ ਸਿਰਫ ਇਹਨਾਂ ਦੀ ਗਾਇਕੀ ਦੇ ਸਿਰ 'ਤੇ। ਗਾਇਕੀ ਦੇ ਸਿਰ 'ਤੇ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰਦੇ ਹੋ, ਸਟੈਬਲਿਸ਼ ਕਰਦੇ ਹੋ, ਅਤੇ ਆਪਣੀ ਗਾਇਕੀ ਨੂੰ ਹੀ ਪ੍ਰਮੋਟ ਕਰਦੇ ਹੋ। ਗਾਇਕੀ ਐਸਾ ਸਮੁੰਦਰ ਹੈ ਜੋ ਤੁਹਾਨੂੰ ਤਾਰੀਆਂ ਲਾਉਣ 'ਤੇ ਮਜਬੂਰ ਕਰ ਦਿੰਦੀ ਹੈ, ਔਰ ਇੰਨਾ ਡੂੰਘਾ ਸਮੁੰਦਰ ਹੈ ਜਿੰਨਾ ਡੂੰਘੀਆਂ ਤਾਰੀਆਂ ਲਾਉਂਗੇ ਉਨਾ ਤੁਸੀਂ ਉੱਪਰ ਵੀ ਜਾਓਗੇ। ਹੁਣ ਤੱਕ ਕਿਹੜੇ ਕਿਹੜੇ ਕਲਾਕਾਰ ਨਾਲ ਤੁਸੀਂ ਆਪਣੀ ਸਟੇਜ ਸਾਂਝੀ ਕਰ ਚੁੱਕੇ ਹੋ? ਹੁਣੇ ਹੁਣੇ ਤਾਜ਼ੀ ਤਾਜ਼ੀ ਇੱਕ ਸਟੇਜ ਇੰਗਲੈਂਡ ਵਿੱਚ ਕਰਕੇ ਆਇਆ, ਰਣਜੀਤ ਸਿੰਘ ਸੇਖ ਉਹਨਾਂ ਨੇ ਰੱਖਿਆ ਸੀਗਾ ਪ੍ਰੋਗਰਾਮ, ਸੁਖਸ਼ਿੰਦਰ ਸ਼ਿੰਦਾ ਜੀ ਹੁਣੀ ਸਾਡੇ ਬਹੁਤ ਮਹਾਨ ਮਿਊਜ਼ਿਕ ਡਾਇਰੈਕਟਰ ਵੀ ਆ, ਅਤੇ ਬਹੁਤ ਬੁਲੰਦ ਆਵਾਜ਼ ਆ, ਬੜੇ ਮਿਲਾਪੜੇ ਆ, ਬੜੀ ਤਾਰੀਫ ਕੀਤੀ ਉਹਨਾਂ ਨੇ ਦੇਵ ਸਾਹਿਬ ਨੂੰ ਯਾਦ ਕੀਤਾ, ਮਾਣਕ ਸਾਹਿਬ ਨੂੰ ਯਾਦ ਕੀਤਾ, ਅਤੇ ਉਹਨਾਂ ਨਾਲ ਸਾਂਝੀ ਕੀਤੀ। ਇੱਕ ਵਾਰੀ ਜਸਵਿੰਦਰ ਬਰਾੜ ਜੀ ਆਦੀ ਪਿੰਡ ਆਏ ਸੀ, ਅਤੇ ਪਿੱਛੇ ਮੈਂ ਗਾ ਰਿਹਾ ਸੀ ਸਹਿਮਾ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ, ਉਹ ਰਿਕਾਰਡ ਪਿਆ ਉਹਨਾਂ ਕੋਲ ਆਦੀ ਵਾਲਿਆਂ ਕੋਲ। ਮੈਨੂੰ ਬਾਅਦ 'ਚ ਉਹਨਾਂ ਨੇ ਦੱਸਿਆ, ਕਹਿੰਦੇ ਜਸਵਿੰਦਰ ਬਰਾੜ ਜੀ ਨੇ ਆਉਂਦੇ ਹੀ ਕਿਹਾ ਵੀ ਮੈਂ ਧੁਰ ਤੱਕ ਹਿੱਲ ਗਈ ਵੀ ਅੱਜ ਵੀ ਸਾਡੇ ਕੋਲ ਇੰਨਾ ਉੱਚਾ ਅਤੇ ਇੰਨਾ ਸਟੇ ਕਰਕੇ ਗਾਉਣ ਵਾਲਾ ਸਾਡੇ ਕੋਲ ਹੈਗਾ ਆ। ਅਤੇ ਜਸਵਿੰਦਰ ਬਰਾੜ ਜੀ ਦੇ ਨਾਲ, ਗੁਰਿੰਦਰ ਬਰਾੜ ਜੀ ਦੇ ਨਾਲ, ਬਾਈ ਅਮਰਜੀਤ ਜੀ ਦੇ ਨਾਲ, ਕੁਲਦੀਪ ਮਾਨ ਸਾਹਿਬ ਜੀ ਨਾਲ ਕੋਰਸ ਬੋਲਣ ਦਾ ਮੌਕਾ ਮਿਲਿਆ। ਸੁਖਵਿੰਦਰ ਪੰਛੀ ਜੀ ਉਹਨਾਂ ਦੀ ਇੱਕ ਸਟੇਜ ਸੀਗੀ ਨਵਾਂ ਸੋਹਲ ਖਾਲਸਾ, ਮੇਰੇ ਜਸਵੰਤ ਸੋਹਲ ਜੀ ਵੱਡੇ ਭਾਅ ਜੀ ਉਹਨਾਂ ਦੇ ਘਰ, ਅਤੇ ਜਿਹਨਾਂ ਦੇ ਲਿਖੇ ਹੋਏ ਬਹੁਤ ਸਾਰੇ ਗੀਤ। ਹੁਣ ਇੱਕ ਨਵਾਂ ਗੀਤ ਉਹਨਾਂ ਦਾ ਵੀ ਰਿਕਾਰਡ ਹੋ ਰਿਹਾ ਮੇਰੀ ਆਵਾਜ਼ ਦੇ ਵਿੱਚ, ਜਸਵੰਤ ਸੋਹਲ ਜੀ ਦਾ, ਅਤੇ ਉਹ ਵੀ ਭੰਗੜੇ ਵਾਲਾ ਹੀ ਹੈ, ਨੱਚਣ ਟੱਪਣ ਵਾਲਾ ਗੀਤ ਆ। ਅਤੇ ਉੱਥੇ 1997 ਵਿੱਚ ਪਹਿਲੀ ਸਟੇਜ ਮੇਰੀ, ਅਤੇ ਪੰਛੀ ਸਾਹਿਬ ਦੀ ਪਹਿਲਾਂ ਮੈਂ ਗਾਇਆ ਸੀ, ਬਾਅਦ 'ਚ ਉਹਨਾਂ ਨੇ ਗਾਇਆ ਸੀ, ਉੱਥੇ ਮੌਕਾ ਮਿਲਿਆ। ਸਰਦੂਲ ਸਿਕੰਦਰ ਜੀ ਉਹਨਾਂ ਨੇ ਗਾਇਆ ਸੀ, ਉਸ ਤੋਂ ਬਾਅਦ 'ਚ ਮੈਂ ਗਾਇਆ ਸੀ। ਹੁਣ ਅਸੀਂ ਬਾਬਾ ਭਾਗੋ ਜੀ ਦੇ 18 ਤਰੀਕ ਨੂੰ ਜਾ ਰਹੇ ਹਾਂ, ਅਰਵਿੰਦਰ ਗਰੇਵਾਲ, ਫਿਰੋਜ਼ ਖਾਨ ਜੀ, ਗੁਰਦਾਸ ਮਾਨ ਜੀ ਨੂੰ ਛੱਡ ਕੇ, ਤਕਰੀਬਨ ਬੱਬੂ ਮਾਨ ਜੀ ਨੂੰ ਛੱਡ ਕੇ ਬਾਕੀ ਕਾਫੀ ਸਾਰੇ ਕਲਾਕਾਰਾਂ ਦੇ ਨਾਲ ਸਟੇਜਾਂ ਦੇ ਉੱਤੇ। ਲਾਭ ਹੀਰਾ ਜੀ ਦਾ ਸੀਗਾ ਪ੍ਰੋਗਰਾਮ ਬਾਬਾ ਦਾਮੂ ਸ਼ਾਹ ਜੀ ਦੇ ਉੱਥੇ, ਉਹ ਤੋਂ ਪਹਿਲਾਂ ਮੇਰਾ ਸੀਗਾ, ਜੈਨੀ ਜੌਲ ਕੁੜੀ ਆਈ ਸੀ ਉੱਥੇ, ਬਹੁਤ ਸਾਰੇ। ਲੈਂਬਰ ਹੁਸੈਨਪੁਰੀ ਭਾਅ ਜੀ ਉਹਨਾਂ ਨੇ ਆਪਣੀ ਸਟੇਜ 'ਤੇ ਵੀ ਮੈਨੂੰ ਮੌਕਾ ਦਿੱਤਾ, ਅਤੇ ਉਹਨਾਂ ਦੇ ਨਾਲ ਵੈਸੇ ਵੀ ਮਹਿਫਲ ਕਰਨ ਦਾ ਵੀ ਮੌਕਾ ਮਿਲਦਾ ਰਹਿੰਦਾ, ਮੈਂ ਗਿਣਤੀ ਨਹੀਂ ਹੋ ਸਕਦੀ ਮੈਨੂੰ ਲੱਗਦਾ। ਮਿੰਟੂ ਹੇਰ ਭਾਅ ਜੀ ਉਹਨਾਂ ਦੇ ਨਾਲ ਵੀ ਕਈ ਵਾਰੀ ਸਟੇਜਾਂ 'ਤੇ ਇਕੱਠੇ ਹੋਏ, ਦਿਆਲਪੁਰੀ ਭਾਅ ਜੀ ਉਹਨਾਂ ਨਾਲ ਕਈ ਵਾਰੀ ਇਕੱਠੇ ਹੋਏ ਜੀ। ਅਤੇ ਹੁਣ ਕਿਹੜੇ ਰਾਈਟਰ ਦੇ ਤੁਸੀਂ ਗੀਤ ਗਾ ਰਹੇ ਹੋ? ਇਸ ਵੇਲੇ ਤਾਂ ਗੁਰਨੇਕ ਸਿੰਘ ਝਾਵਰ ਜੀ ਦੇ ਦੋ ਗੀਤ ਬਿਲਕੁਲ ਰੈਡੀ ਪਿਆ ਜੀ, ਬਿੰਦਰ ਨਵੇਂ ਪਿੰਡੀਆ ਜੀ ਦਾ ਬਿਲਕੁਲ ਰੈਡੀ ਪਿਆ ਜੀ, ਅਤੇ ਸੁਖਵਿੰਦਰ ਬੋਦਲਾਂ ਵਾਲਾ ਜੀ USA ਉਹਨਾਂ ਦੇ ਗੀਤ ਰੈਡੀ ਪਿਆ, ਰਣਜੀਤ ਸਿੰਘ ਰਾਣਾ ਜੀ ਦਾ ਗੀਤ ਸਮੈਧਕ ਵਾਲਿਆਂ ਦਾ ਬਹੁਤ ਜਲਦੀ, ਜਸਵੰਤ ਸੋਹਲ ਜੀ ਦਾ ਸਿੱਕੀ ਝੱਜੀ ਪਿੰਡ ਵਾਲੇ ਦਾ, ਜਸਵਿੰਦਰ ਭਾਅ ਜੀ ਬਿੱਲਾ ਜੀ ਸਾਡੇ ਢੇਸੀਆਂ ਵਾਲੇ ਉਹਨਾਂ ਦਾ। ਮੇਰੇ ਕੋਲ ਗੀਤਕਾਰਾਂ ਦੀ ਵੀ ਲਿਸਟ ਬਹੁਤ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਲੰਬੀ ਆ, ਅਤੇ ਬਹੁਤ ਜਲਦੀ ਬਹੁਤ ਸਾਰੇ ਗੀਤ ਜਿਹੜੇ ਉਹ ਨੱਚਣ ਟੱਪਣ ਵਾਲੇ ਖਾਸ ਕਰਕੇ ਉਹ ਆ ਰਹੇ ਆ ਬਹੁਤ ਜਲਦੀ ਜੀ।
ਪਹਿਲਾ ਸਮਾਂ ਸੀ ਅਸੀਂ ਗੀਤਕਾਰ ਦੇ ਗੀਤ ਲੱਭਣ ਲਈ ਜਾਇਆ ਕਰਦੇ ਸੀ ਕਿ ਉਹ ਸਾਨੂੰ ਗੀਤ ਦੇ ਦੇਣ, ਅਸੀਂ ਉਹਨਾਂ ਦਾ ਗੀਤ ਗਾਈਏ, ਅਤੇ ਜਦੋਂ ਤੁਹਾਡੀ ਆਵਾਜ਼ ਕੋਈ ਸੁਣਦਾ ਹੈ, ਉਹਨਾਂ ਨੂੰ ਪਸੰਦ ਆਉਂਦੀ ਹੈ, ਤਾਂ ਖੁਦ ਫੋਨ ਕਰਦੇ ਨੇ ਕਿ ਤੁਸੀਂ ਸਾਡਾ ਗੀਤ ਗਾਓ। ਕੁਛ ਇੱਦਾਂ ਦਾ ਕੋਈ ਵਾਕਿਆ ਹੈ ਲਾਈਫ ਦੇ ਵਿੱਚ, ਜੇ ਕਦੀ ਕਿਸੇ ਤੋਂ ਗੀਤ ਮੰਗਿਆ ਹੋਵੇ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਹੋਵੇ, ਅਤੇ ਜਦੋਂ ਚੜ੍ਹਾਈ ਹੋ ਗਈ ਹੋਵੇ ਤਾਂ ਫਿਰ ਉਹਨੇ ਕਿਹਾ ਮੀਰ ਸਾਹਿਬ ਮੇਰਾ ਗੀਤ ਗਾਓ। ਦੇਖੋ ਜੀ, ਇਹ ਬਹੁਤ ਸਾਰੀ ਤੁਸੀਂ ਮੇਰੇ ਅੰਦਰੋਂ ਗੱਲ ਖਿੱਚ ਲਈ ਆ। ਮੈਂ ਸੁਖਵਿੰਦਰ ਪੰਛੀ ਜੀ ਉਹਨਾਂ ਦੇ ਘਰ ਕਾਫੀ ਸੇਵਾ ਕੀਤੀ, ਅਤੇ ਉੱਥੇ ਤਕਰੀਬਨ ਕਲਾਕਾਰ ਮੰਗੀ ਮਾਲ ਭਾਅ ਜੀ, ਕੇ ਐਸ ਮੱਖਣ ਭਾਅ ਜੀ, ਜਸਵੀਰ ਜੱਸੀ ਜੀ, ਹੋਰ ਬਹੁਤ ਸਾਰੇ ਕਲਾਕਾਰ, ਸਾਬਰਕੋਟੀ ਸਾਹਿਬ, ਮਾਸਟਰ ਸਲੀਮ ਜੀ ਹੁਣੀ, ਬੜੇ ਬੜੇ ਉੱਥੇ ਕਲਾਕਾਰ ਆਉਂਦੇ ਹੁੰਦੇ ਸੀ, ਅਤੇ ਮੈਂ ਸੇਵਾਦਾਰ ਉੱਥੇ ਹੁੰਦਾ ਸੀ, ਅਤੇ ਗੁਰਮਿੰਦਰ ਕੈਂਡੋਵਾਲ ਭਾਅ ਜੀ ਵੀ ਆਉਂਦੇ ਹੁੰਦੇ ਸੀ, ਅਤੇ ਕੈਂਡੋਵਾਲ ਸਾਹਿਬ ਮੈਂ ਕੈਸਟ ਤਿਆਰ ਕਰ ਲਈ 1997 'ਚ, ਅਤੇ ਮੈਂ ਕਿਹਾ ਵੀ 2006 ਦੇ ਵਿੱਚ ਏਰੀਏ ਚਟੋਰ ਕੈਸਟ ਦਾ ਨਾਂ ਸੀ, ਸੁਦੇਸ਼ ਕੁਮਾਰ ਜੀ ਉਹਨਾਂ ਦੇ ਨਾਲ ਸੀਗੇ ਗੀਤ, ਉਹਨਾਂ ਦੇ ਮੈਂ ਗੀਤ ਲੈਣ ਚਲੇ ਗਿਆ, ਨਾਲ ਐਨ ਐਸ ਕੰਗ ਸੀਗਾ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਗੀਤ ਮੈਂ ਇੱਦਾਂ ਨਹੀਂ ਦਿੰਦਾ ਹੁੰਦਾ, ਵੀ ਗੀਤ ਮੈਂ ਦਿੰਦਾ ਹੁੰਦਾ ਜਦੋਂ ਮੇਰੇ ਤੋਂ ਕੋਈ ਬੰਦਾ ਸਿੱਧਾ ਲੈਣ ਆਵੇ, ਵੀ ਉਹ ਤੁਸੀਂ ਨਾਲ ਆਏ ਉਹਦੇ, ਕਹਿੰਦੇ ਇੱਦਾਂ ਨਹੀਂ ਮੈਂ ਗੀਤ ਦੇਣਾ। ਉਹਨਾਂ ਨੇ ਮਨਾ ਕਰ ਦਿੱਤਾ, ਮੰਗਲ ਹਟੂਰ ਸਾਹਿਬ 2006 ਦੇ ਵਿੱਚ ਹੀ ਘਰ ਆਏ ਸੀਗੇ, ਉਹਨਾਂ ਨੇ ਕਿਹਾ ਵੀ ਮੈਂ ਨਾਂ ਨਹੀਂ ਦੇ ਸਕਦਾ, ਉਹ ਸ਼ਾਇਦ ਵਾਰ ਸੋਹਣਾ ਨਾਲ ਉਹਨਾਂ ਦਾ ਸੀਗਾ ਮੇਲ ਮਿਲਾਪ, ਅਤੇ ਅਲਮਸਤ ਦੇਸਰਪੁਰੀ ਸਾਹਿਬ ਉਹਨਾਂ ਨੇ ਗੀਤ ਦੇ ਕੇ, ਅਤੇ ਉਹਨਾਂ ਨੇ ਵੀ ਗੀਤ ਸਮਝ ਲਓ ਵਾਪਸ ਹੀ ਲੈ ਲਿਆ ਸੀਗਾ, ਅਤੇ ਬਹੁਤ ਸਾਰੇ ਇੱਦਾਂ ਹੋਈ। ਕਈ ਵੀ ਸ਼ਮਸ਼ੇਰ ਸੰਧੂ ਜੀ ਹੁਣਾਂ ਦਾ ਵੀ ਇੱਕ ਵਾਰੀ ਉਹ 1997 'ਚ ਕਿਸੇ ਨੇ ਸੁਣਾਇਆ ਸੀ, ਅਤੇ ਸੰਧੂ ਸਾਹਿਬ ਕਹਿੰਦੇ ਸੀ ਵੀ ਮੀਤ ਹਜੇ ਕੱਚਾ ਆ, ਅਤੇ ਉਸ ਤੋਂ ਬਾਅਦ ਇਹਨਾਂ ਗੀਤਕਾਰਾਂ ਨਾਲ ਮਿਲਣ ਦੇ ਮੌਕੇ ਵੀ ਮਿਲੇ, ਇਹਨਾਂ ਗੀਤਕਾਰਾਂ ਦੇ ਨਾਲ ਬਹਿ ਕੇ ਖਾਣ ਪੀਣ ਦਾ ਸਮਾਂ ਵੀ ਬਣਿਆ, ਅਤੇ ਚੰਨ ਗੁਰਾਇਆਂ ਵਾਲਾ ਜੀ ਉਹਨਾਂ ਨੇ ਵੀ ਗੀਤ ਦਿੱਤੇ ਹੋਏ ਆ, ਅਤੇ ਅਲਬੇਲ ਬਰਾੜ ਜੀ ਬਹੁਤ ਅੱਛੀ ਕਲਮ ਜਿਹਨਾਂ ਨੇ ਅੱਖਾਂ ਮੂਹਰੇ ਦੀਂਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਲਿਖਿਆ, ਅਤੇ ਉਹਨਾਂ ਦੇ ਗੀਤ ਵੀ ਜਲਦੀ ਰਿਕਾਰਡ ਕਰਾਉਣੇ ਆ, ਉਹਨਾਂ ਨਾਲ ਵੀ ਮਿਲਣ ਦਾ ਸਬੱਬ ਬਣਿਆ। ਪ੍ਰੀਤ ਮਹਿੰਦਰ ਤਿਵਾੜੀ ਜੀ ਕੁਲਦੀਪ ਮਾਨਕ ਸਾਹਿਬ ਜੀ ਦੀ ਬਰਸੀ ਦੇ ਉੱਤੇ ਜਲਾਲ ਦੀਵਾਲ ਪਿੰਡ ਜਿੱਥੇ ਮੇਲਾ ਹੁੰਦਾ, ਉੱਥੇ ਉਹਨਾਂ ਨੇ ਜਦੋਂ ਮੈਂ ਚਾਦਰ ਗਾਈ ਤਾਂ ਸੁਣਿਆ, ਤਾਂ ਮੈਨੂੰ ਕਹਿੰਦੇ ਵੀ ਮੀਤ ਮੇਰਾ ਜੀ ਕਰਦਾ ਸਾਰੇ ਗੀਤ ਜਿਹੜੇ ਨਾ ਜਿਨ੍ਹਾਂ ਨੂੰ ਦਿੱਤੇ ਹੋਏ ਵਾਪਸ ਲੈ ਲਾਂ, ਅਤੇ ਉਹ ਮਾੜੀ ਕਿਸਮਤ ਇਹ ਕਿ ਤਿਵਾੜੀ ਸਾਹਿਬ ਸਾਲ ਕੁ ਬਾਅਦ ਸਵਰਗ ਸੁਧਾਰ ਗਏ, ਉਹ ਸਾਨੂੰ ਸਰੀਰਕ ਤੌਰ 'ਤੇ ਛੱਡ ਕੇ ਚਲੇ ਗਏ। ਉਹਨਾਂ ਦਾ ਇੱਕ ਗੀਤ ਸੀ ਫੁੱਲਾਂ ਦੀ ਕੱਚੀਏ ਵਪਾਰ ਨੇ, ਕੰਡਿਆਂ ਦੇ ਭਾਜ ਸਾਨੂੰ ਤੋਲਣਾ, ਅਤੇ ਬਹੁਤ ਅੱਛੀਆਂ ਅੱਛੀਆਂ ਕਲਮਾਂ। ਮਤਲਬ ਹੁਣ ਉਹਨਾਂ ਸਾਰਿਆਂ ਨੇ ਸੰਪਰਕ ਕੀਤੇ ਕਿਸੇ ਕਿਸੇ ਤਰੀਕੇ ਦੇ ਨਾਲ, ਸਾਰਿਆਂ ਦਾ ਮੈਨੂੰ ਕੋਈ ਮੈਸੇਜ ਕਿਸੇ ਦੇ ਥਰੂ ਮੈਨੂੰ ਮਿਲਿਆ ਵੀ ਉਹ ਕਹਿੰਦੇ ਮੇਰਾ ਗੀਤ ਇੱਕ ਗਾ ਦੇ। ਮੈਂ ਗਾਉਣ ਨੂੰ ਤਿਆਰ ਹਾਂ, ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਇਹ ਮੈਨੂੰ ਪ੍ਰਾਊਡ ਫੀਲ ਹੋ ਰਿਹਾ। ਇਹ ਨਹੀਂ ਕਿ ਮੈਂ ਕਹਿੰਦਾ ਕਿ ਮੈਂ ਖਰੇ ਕਿੱਡੇ ਕੁ ਝੰਡੇ ਕੱਢ ਦਿੱਤੇ ਵੀ ਉਹ ਮੈਨੂੰ ਕਹਿਣ ਡਿਆ, ਇਹ ਖੁਸ਼ਖਬਰੀ ਵਾਲੀ ਗੱਲ ਹੈ। ਜੇ ਤੁਹਾਨੂੰ ਚੰਗੇ ਗੀਤਕਾਰ, ਚੰਗੇ ਜਿਹੜੇ ਇਨਸਾਨ ਤੁਹਾਡੇ ਨਾਲ ਸੰਪਰਕ ਕਰਦੇ ਆ ਜਾਂ ਕਿਸੇ ਦੇ ਥਰੂ ਵੀ ਕਰਦੇ ਆ, ਇਹ ਖੁਸ਼ੀ ਵਾਲੀ ਗੱਲ ਆ। ਸੰਧੂ ਸਾਹਿਬ ਵੀ ਘਰ ਵੀ ਆਏ ਸੀ, ਚੰਨ ਗੁਰਾਇਆਂ ਵਾਲਾ ਜੀ ਨੇ, ਅਸੀਂ ਦੂਰਦਰਸ਼ਨ ਕੇਂਦਰ ਇੱਕ ਮਹਿਫਲ ਸੀਗੀ ਸ਼ਾਇਰਾਂ ਦੀ, ਉੱਥੇ ਬਹੁਤ ਸਾਰੇ ਪੰਜਾਬ ਦੀ ਕਰੀਮ ਸ਼ਾਇਰ ਸਾਰੇ, ਗੁਰਭਜਨ ਗਿੱਲ ਜੀ ਹੁਣੀ, ਚੰਨ ਗੁਰਾਇਆਂ ਵਾਲਾ ਜੀ, ਬਾਪੂ ਦੇਵ ਥਰੀਕਿਆਂ ਵਾਲਾ ਜੀ, ਸ਼ਮਸ਼ੇਰ ਸੰਧੂ ਜੀ ਹੁਣੀ, ਸਾਰੇ ਆਏ ਹੋਏ ਸੀ ਉੱਥੇ, ਅਤੇ ਚੰਨ ਗੁਰਾਇਆਂ ਵਾਲਾ ਜੀ ਨੇ ਦੋਨੇ ਹੱਥ ਸਿਰ ਦੇ ਉੱਤੇ ਰੱਖ ਕੇ ਕਿਹਾ, ਕਹਿੰਦੇ ਮੀਤ ਜੀਂਦਾ ਰਹਿ, ਕਹਿੰਦੇ ਬੋੜ ਥੱਲੇ ਬੋੜ ਲੱਗਦਾ ਨਹੀਂ, ਕਹਿੰਦੇ ਬੁੜਿਆ ਤੂੰ ਵੀ ਕਮਾਲ ਆ, ਅਤੇ ਕਹਿੰਦੇ ਵੀ ਆ ਮੁੰਡੇ ਨੇ ਵੀ ਕਮਾਲ ਕਰਤੀ, ਕਹਿੰਦੇ ਜੋੜੀ ਇੱਕ ਵਾਰ ਬਣਦੀ ਜ਼ਿੰਦਗੀ 'ਚ, ਤੁਸੀਂ ਦੂਜੀ ਵਾਰੀ ਬਣਾ ਕੇ ਦਿਖਾਤੀ, ਇਹ ਕੋਈ ਮਾਲਕ ਦੀ ਦੇਣ ਆ। ਮੈਂ ਦੋ ਕੁ ਵਾਰੀ ਬਿਮਾਰ ਵੀ ਹੋਇਆ, ਹਸਪਤਾਲ ਵੀ ਗਿਆ, ਪਰਮਾਤਮਾ ਨੇ ਮੈਨੂੰ ਫਿਰ ਮੋੜ ਲਿਆਂਦਾ। ਮੈਨੂੰ ਲੱਗਦਾ ਕੋਈ ਨਾ ਕੋਈ ਗੱਲ, ਕੋਈ ਨਾ ਕੋਈ ਹਜੇ ਅਧੂਰੀ ਆ ਜਿਹੜੀ ਮੈਂ ਹਜੇ ਗਾਉਣੀ ਆ, ਜਿਹੜੀ ਲੋਕਾਂ 'ਚ ਚੱਲਣੀ ਆ, ਜਿਹੜੀ ਰਹਿੰਦੀ ਦੁਨੀਆ ਤੱਕ ਰਹਿਣੀ ਆ। ਬਾਕੀ ਦੇਵ ਸਾਹਿਬ ਦੇ ਲਿਖੇ ਹੋਏ ਗੀਤ ਮਰਨੇ ਨਹੀਂ। ਬੜੀਆਂ ਅੱਛੀਆਂ ਅੱਛੀਆਂ ਕਲਮਾਂ ਨੇ ਜਿਨ੍ਹਾਂ ਨੇ ਗੀਤ ਸਾਡੇ ਪੂਰੇ ਆਵਾਮ ਨੂੰ ਸ਼ਿੰਗਾਰਿਆ ਆਪਣੀ ਕਲਮ ਦੇ ਨਾਲ। ਬਹੁਤ ਅੱਛੇ ਗੀਤਾਂ ਦੇ ਵਿੱਚ ਮੈਸੇਜ ਵੀ ਹੁੰਦਾ ਹੈ, ਔਰ ਬਹੁਤ ਇਹੋ ਜਿਹੇ ਗੀਤ ਹੁੰਦੇ ਨੇ ਜਿਨ੍ਹਾਂ ਵਿੱਚ ਸਾਨੂੰ ਸਾਡਾ ਪੰਜਾਬੀ ਸੱਭਿਆਚਾਰ ਵਿਖਦਾ ਹੈ। ਉਹ ਗੀਤ ਸਿਰਫ ਅਤੇ ਸਿਰਫ ਗੁਰਮੀਤ ਮੀਤ ਜੀ ਦੇ ਰਿਕਾਰਡ ਹੋਏ ਹੋਏ ਨੇ। ਉਹਨਾਂ ਗੀਤਾਂ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਨੂੰ ਬੜੇ ਹੀ ਵਧੀਆ ਤਰੀਕੇ ਦਾ ਨਿਖਾਰਿਆ ਗਿਆ ਹੈ, ਸ਼ਿੰਗਾਰਿਆ ਗਿਆ ਹੈ, ਅਤੇ ਲੋਕਾਂ ਦੇ ਸਾਹਮਣੇ ਰੀਪ੍ਰਜੈਂਟ ਕੀਤਾ ਗਿਆ ਹੈ। ਗੁਰਮੀਤ ਮੀਤ ਜੀ, ਤੁਸੀਂ ਮਾਨਕ ਸਾਹਿਬ ਦੇ ਗੀਤ ਬਹੁਤ ਗਾਏ ਨੇ, ਅਤੇ ਅੱਜ ਪੂਰੇ ਇੰਟਰਵਿਊ 'ਚ ਅਸੀਂ ਉਹਨਾਂ ਦੀ ਕੋਈ ਗੱਲ ਕੀਤੀ ਹੀ ਨਹੀਂ,
ਬਿਲਕੁਲ ਮਿਸ ਕਰ ਰਹੇ ਹਾਂ ਆਪਾਂ, ਨਾਂ ਤਾਂ ਕਾਫੀ ਵਾਰੀ ਲੈ ਚੁੱਕੇ ਉਹਨਾਂ ਦਾ। ਇੱਕ ਆਪਣੇ ਮਨਜੀਤ ਸਿੰਘ ਔਲਖ ਸਾਹਿਬ ਆ USA, ਉਹਨਾਂ ਨੂੰ ਬਹੁਤ ਗੀਤ ਪਸੰਦ ਆ। ਬਲਵੰਤ ਸੋਹੀ ਜੀ ਮੇਰੇ ਵੱਡੇ ਵੀਰ ਜੀ USA, ਉਹਨਾਂ ਨੂੰ ਇਹ ਗੀਤ ਬਹੁਤ ਜ਼ਿਆਦਾ ਪਸੰਦ ਆ, ਅਤੇ ਬਲਵਿੰਦਰ ਮੋਹੀ ਸਾਹਿਬ ਉਹਨਾਂ ਨੂੰ ਵੀ ਇਹ ਗੀਤ ਬਹੁਤ ਪਸੰਦ ਆ, ਪ੍ਰਿਥੀਪਾਲ ਸਿੰਘ ਸਿੱਧੂ ਜੀ ਨੂੰ ਵੀ ਇਹ ਗੀਤ ਬਹੁਤ ਪਸੰਦ ਆ। ਅੱਜ ਨੱਚਣ ਵਾਲਾ ਵੀ ਮੇਰਾ ਜੀ ਕਰਦਾ ਵੀ ਮੀਤ ਦੱਸ ਦੇਵੇ ਵੀ ਮੀਤ ਨੂੰ ਨਚਾਉਣਾ ਵੀ ਆਉਂਦਾ ਅਤੇ ਮੀਤ ਨੂੰ ਨੱਚਣਾ ਵੀ ਆਉਂਦਾ, ਨਹੀਂ ਤਾਂ ਇੱਕ ਟੈਗ ਹੀ ਲਗਾਇਆ ਕਿ ਉੱਥੇ ਕਿ ਫਸਿਆ ਹੋਇਆ, ਨਿਕਲਦਾ ਨਹੀਂ ਹੈਗਾ। ਸੋ ਮਾਨਕ ਸਾਹਿਬ ਦਾ ਨੱਚਣ ਵਾਲਾ ਗੀਤ ਦੇਖ ਬਹੁਤ ਸੁਣਿਆ ਪਸੰਦ, ਇਹ ਉਹਨਾਂ ਦੀ ਬਜ਼ਮ ਉਹ ਸਾਨੂੰ ਨੱਚ ਕੇ ਵਿਖਾ ਜਰਨ ਹੈਲੀ ਕੁਰੇ ਨੀ ਤੇਰੇ ਦੌਰ ਦਾ ਵਿਆਹ ਜਰਨ ਹੈਲੀ ਕੁਰੇ ਸਾਨੂੰ ਨੱਚ ਕੇ ਵਿਖਾ ਜਰਨ ਹੈਲੀ ਕੁਰੇ ਮੱਥਾ ਤੇਰਾ ਜਾਪਦਾ ਏ ਚੌਦਵੀਂ ਦਾ ਚੰਦਨੀ ਲਾਲ ਲਾਲ ਬੁੱਲੀਆਂ ਤੇ ਚਿੱਟੇ ਚਿੱਟੇ ਦੰਦਨੀ ਮੱਥਾ ਤੇਰਾ ਜਾਪਦਾ ਏ ਚੌਦਵੀਂ ਦਾ ਚੰਦਨੀ ਜਾਂਦੇ ਜਾਂਦੇ ਇੱਕ ਗੀਤ ਅਸੀਂ ਜ਼ਰੂਰ ਸੁਣਾਂਗੇ, ਮਾਂ ਹੁੰਦੀ ਆ ਮਾਂ ਏ ਦੁਨੀਆ ਵਾਲਿਓ। ਵਾਹ ਜੀ ਵਾਹ ਵਾਹ ਵਾਹ, ਦੁਨੀਆ ਦਾ ਸਭ ਤੋਂ ਉੱਚਾ ਅਤੇ ਸੁੱਚਾ ਰਿਸ਼ਤਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ। ਮਾਨਕ ਸਾਹਿਬ ਵਰਗਾ ਕਿਹਨੇ ਗਾਉਣਾ, ਦੇਵ ਸਾਹਿਬ ਵਰਗਾ ਕਿਹਨੇ ਲਿਖਣਾ, ਅਤੇ ਦੁਨੀਆ ਆਈ ਜਾਣੀ ਆ ਜਾਈ ਜਾਣੀ ਆ, ਇਹ ਜਿਹੜਾ ਇੱਕ ਸਦਾ ਬਹਾਰ ਗੀਤ, ਬਾਪੂ ਜੀ ਕਹਿੰਦੇ ਸੀ ਕਿਸੇ ਦਿਨ ਲੋਕ ਗੀਤ ਬਣ ਜੂ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਗੀਤ ਦੀ ਫਰਮਾਇਸ਼ ਕਰਨ ਲਈ। ਕਈ ਦਹਾਕਿਆਂ ਤੋਂ ਗੁਰਮੀਤ ਮੀਤ ਜੀ ਫੋਕ ਕਲਾਕਾਰ ਰਹੇ ਨੇ ਔਰ ਫੋਕ ਨੂੰ ਪ੍ਰੈਜੈਂਟ ਕਰਦੇ ਰਹੇ ਨੇ, ਪੰਜਾਬੀ ਵਿਰਸੇ ਨੂੰ ਹਮੇਸ਼ਾ ਤੁਹਾਡੇ ਰੂਬਰੂ ਲੈ ਕੇ ਆਉਂਦੇ ਨੇ। ਸੋ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹਨਾਂ ਨੂੰ ਸੁਣਿਆ ਕਰੋ, ਇਹਨਾਂ ਦੇ ਗੀਤਾਂ ਵਿੱਚ ਹਰ ਇੱਕ ਸੱਚਾਈ ਹੈ, ਹਰ ਇੱਕ ਪੰਜਾਬੀ ਵਿਰਸੇ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਹੈ ਔਰ ਹਮੇਸ਼ਾ ਚੰਗਾ ਸੁਨੇਹਾ ਹੀ ਦਿੱਤਾ ਹੈ। ਅੱਜ ਦੇ ਕਲਾਕਾਰਾਂ ਨੂੰ ਅਸੀਂ ਬਹੁਤ ਪ੍ਰਮੋਟ ਕਰਦੇ ਹਾਂ, ਰੀਲਾਂ ਵਿੱਚ ਉਹਨਾਂ ਦੇ ਗਾਣੇ ਲੈ ਕੇ ਆਉਂਦੇ ਹਾਂ, ਪਰ ਇੱਕ ਵਾਰ ਫੋਕ ਕਲਾਕਾਰ ਗੁਰਮੀਤ ਮੀਤ ਦੇ ਪੇਜ 'ਤੇ ਜ਼ਰੂਰ ਜਾਇਓ, ਉਹਨਾਂ ਦੇ ਗੀਤ ਜ਼ਰੂਰ ਸੁਣਿਓ ਅਤੇ ਤੁਹਾਨੂੰ ਆਪਣੇ ਪੰਜਾਬੀ ਵਿਰਸੇ ਦੀ ਝਲਕ ਜ਼ਰੂਰ ਨਜ਼ਰ ਆਏਗੀ।
ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਦਰਸ਼ਕਾਂ ਨੂੰ? ਪਹਿਲਾਂ ਸੇਨ ਸੋਲਜਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਰਣੀ ਆ ਤੁਸੀਂ ਚੱਲ ਕੇ ਆਏ। ਅਤੇ ਮੈਸੇਜ ਮੇਰਾ ਇਹੀ ਹਮੇਸ਼ਾ ਹੁੰਦਾ, ਧੀਆਂ ਨੂੰ ਬਚਾਓ, ਰੁੱਖਾਂ ਨੂੰ ਬਚਾਓ, ਕੁੱਖਾਂ ਨੂੰ ਬਚਾਓ, ਪਾਣੀ ਨੂੰ ਬਚਾਓ। ਇੱਕ ਜਿਹੜਾ ਮੈਸੇਜ ਆ ਭਾਈ, ਐਕਸੀਡੈਂਟ ਹੱਦੋਂ ਵੱਧ ਗਏ, ਹੱਦੋਂ ਵੱਧ ਗਏ। ਮਤਲਬ ਬਹੁਤ ਓਵਰ ਸਪੀਡ ਗੱਡੀਆਂ ਚਲਾਈਆਂ ਜਾ ਰਹੀਆਂ ਆ, ਬਹੁਤ ਸਾਰੇ ਐਕਸੀਡੈਂਟਾਂ ਦੇ ਵਿੱਚ ਮੁੱਧੀਆਂ ਹੋਈਆਂ ਗੱਡੀਆਂ ਆਪਾਂ ਰੋਜ਼ ਰੀਲਾਂ ਦੇਖਦੇ ਫੇਸਬੁੱਕ 'ਤੇ, ਪਰ ਆਪਾਂ ਸੁਧਰਦੇ ਨਹੀਂ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਨੌਜਵਾਨ ਬਜ਼ੁਰਗ ਵੀ ਪੱਟੀ ਨਹੀਂ ਬੱਝਣ ਦਿੰਦੇ, ਉਹਨਾਂ ਨੂੰ ਵੀ ਬੇਨਤੀ ਕਰਦਾ ਗੱਡੀਆਂ ਹੌਲੀ ਚਲਾਓ ਭਾਈ। ਹੱਡੀਆਂ ਜਿਹੜੀਆਂ ਉਹ ਨਹੀਂ ਜੁੜਦੀਆਂ ਮੁੜ ਕੇ, ਉੱਦਾਂ ਦਾ ਮੂੰਹ ਸਿਰ ਉੱਦਾਂ ਦਾ ਨਹੀਂ ਰਹਿੰਦਾ। ਬੇਨਤੀ ਆ, ਹੋ ਸਕਦਾ ਕਿਸੇ ਦਾ ਪੁੱਤ ਤੁਸੀਂ ਥੱਲੇ ਦੇ ਕੇ ਮਾਰ ਦਿਓ, ਆਪ ਤੁਸੀਂ ਵੱਜੋ। ਜੇ ਤੁਹਾਨੂੰ ਵੱਡੀਆਂ ਵੱਡੀਆਂ ਰੱਬ ਨੇ ਗੱਡੀਆਂ ਬਖਸ਼ੀਆਂ, ਛੋਟੀਆਂ ਵਾਲੇ ਵੀ ਮੋਟਰਸਾਈਕਲਾਂ ਦੇ ਉੱਤੇ ਨਿਆਣੇ ਛੋਟੇ ਛੋਟੇ ਚਾਰ ਚਾਰ ਬਹਿ ਕੇ ਗਲੀਆਂ ਦੇ ਵਿੱਚ ਲੰਬ ਕੱਢਦੇ ਜਾਂਦੇ ਆ, ਅਤੇ ਮੈਂ ਕਈ ਵਾਰੀ ਮੱਸਾਂ ਹੀ ਬਚਾਅ ਹੁੰਦਾ ਉਹ ਵੀ ਅਸੀਂ ਆਪ ਹੌਲੀ ਹੁੰਦੇ ਕਰਕੇ ਮੈਂ ਸੁਨੇਹਾ ਦਿੰਦਾ। ਅਤੇ ਇੱਕ ਸਾਡੇ ਮਿਊਜ਼ਿਕ ਡਾਇਰੈਕਟਰ ਸਾਹਿਬ ਪੁਨੀਤ ਰੰਧਾਵਾ ਜੀ, ਉਹਨਾਂ ਦੇ ਵੀ ਬਹੁਤ ਜਲਦੀ ਮਿਊਜ਼ਿਕ ਦੇ ਅੰਦਰ ਮੇਰੇ ਬਹੁਤ ਸਾਰੇ ਗੀਤ ਆ ਰਹੇ, ਉਹਨਾਂ ਦਾ ਵੀ ਮੈਂ ਬਹੁਤ ਰਿਣੀ ਹਾਂ ਅਤੇ ਧੰਨਵਾਦ ਕਰਦਾ ਮੈਂ। ਥੈਂਕ ਯੂ ਜੀ। ਸੇਂਟ ਸੋਲ ਦੇ ਟਾਈਮਸ ਤੋਂ ਕੋਮਲ ਸ਼ਰਮਾ ਰਿਪੋਰਟ, ਕੈਮਰਾਮੈਨ ਅਨੁਰਾਗ ਦੇ ਨਾਲ ਬਣੇ ਰਹੋ ਜੀ ਤੁਸੀਂ ਸੇਂਟ ਸੋਲ ਦੇ ਟਾਈਮ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ 'ਤੇ।